ਸਤਿ ਸ਼੍ਰੀ ਅਕਾਲ ਬਾਈ, ਸਾਰਿਆਂ ਨੂੰ ਤੁਹਾਡਾ ਜਾਦੂ ਲਵਾਲ ਉੱਤੇ ਸਵਾਗਤ ਹੈ ਬਾਈ। ਜਿਹੜੀ ਅੱਜ ਦੀ ਵੀਡੀਓ ਨਾ, ਥੋੜ੍ਹੀ ਖਾਸ ਵੀਡੀਓ ਬਣਾ ਰਹੇ ਹਾਂ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਬਾਈ। ਮੇਰੇ ਪਿੰਡ ਦੇ ਸਾਰੇ, ਮੇਰੀਆਂ ਭੈਣਾਂ, ਮੇਰੇ ਭਰਾ, ਜਿੰਨੇ ਵੀ ਮੇਰਾ ਨਗਰ ਹੈ, ਸਾਰਿਆਂ ਨੇ ਜਿੰਨਿਆਂ ਨੇ ਰਲ ਕੇ ਕੰਮ ਕੀਤਾ ਬਾਈ ਮੇਰੇ ਪਿੰਡ ਦੇ ਵਿੱਚ, ਅੱਜ ਅਸੀਂ ਉਹ ਦਿਖਾਉਣ ਜਾ ਰਹੇ ਹਾਂ। ਜਿੰਨੀ ਮੇਰੀ ਪੰਚਾਇਤ ਨੇ ਅਤੇ ਜਾਂ ਸਕੂਲ ਦੀ ਕਮੇਟੀ ਨੇ, ਜਿੰਨਿਆਂ ਨੇ ਵੀ ਮੇਰਾ ਕੰਮ ਕੀਤਾ ਮੇਰੇ ਪਿੰਡ ਦੇ ਵਿੱਚ, ਅਸੀਂ ਸਾਰਾ ਕੰਮ ਦਿਖਾ ਰਹੇ ਹਾਂ ਬਾਈ ਜੀ। ਜਿਹੜਾ ਬਾਈ ਜੀ ਮੇਰਾ ਪਿੰਡ ਹੈ, ਦੂਲੋਵਾਲ ਪਿੰਡ ਹੈ ਬਾਈ ਜੀ ਮੇਰਾ, ਅਤੇ ਇਹ ਸਰਸਾ ਰੋਡ ਦੇ ਉੱਤੇ ਬਿਲਕੁਲ ਸਥਿਤ ਆ, ਉੱਤੇ ਹੈ ਬਾਈ ਜੀ। ਅਸੀਂ ਤੁਹਾਨੂੰ ਅਸੀਂ ਇਹਦੇ ਬਾਰੇ ਦਿਖਾ ਰਹੇ ਹਾਂ, ਅਤੇ ਤੁਸੀਂ ਮੈਂ ਦਿਖਾਉਣਾ ਤੁਹਾਨੂੰ ਪਿਛਲੇ ਪਾਸੇ ਸਾਡੇ ਸੜਕ ਮੇਨ ਰੋਡ ਰਹਿ ਜਾਂਦੀ ਹੈ ਬਾਈ ਜੀ, ਸਰਸਾ ਰੋਡ ਹੈ, ਅਤੇ ਇਹਦੇ ਉੱਤੇ ਵੀਡੀਓ ਬਾਈ ਜੀ ਅੱਜ ਅਸੀਂ ਜਿਹੜੀ ਸ਼ੂਟ ਕਰ ਰਹੇ ਹਾਂ, ਅਤੇ ਇਹ ਤੁਹਾਨੂੰ ਸਾਰਾ ਪਿੰਡ ਦਿਖਾਵਾਂਗੇ, ਪਿੰਡ ਦਾ ਵਿਕਾਸ ਕੀ ਹੋਇਆ ਬਾਈ ਜੀ। ਠੀਕ ਹੈ, ਕੱਟਦੇ। ਅਸੀਂ ਬਾਈ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ, ਅਤੇ ਅੱਜ ਤੁਹਾਨੂੰ ਮੇਰੇ ਪਿੰਡ ਦੀ ਇੱਕ ਪਿਆਰੀ ਜਿਹੀ ਝਲਕ ਦਿਖਾਉਣ ਲੱਗਿਆ। ਮੇਰਾ ਪਿਆਰਾ ਪਿੰਡ, ਛੋਟਾ ਜਿਹਾ ਪਿੰਡ ਹੈ, ਅਤੇ ਇਹਦੇ ਵਿੱਚ ਕੀ ਵਿਕਾਸ ਹੋਇਆ, ਕੀ ਸਹੂਲਤਾਂ ਨੇ, ਤੁਹਾਨੂੰ ਮੈਂ ਅੱਜ ਉਹ ਦਿਖਾਉਣ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਬਾਈ ਜੀ, ਮੇਰੇ ਪਿੰਡ ਦੀ ਖਾਸੀਅਤ ਇਹ ਹੈ ਕਿ ਮੇਰੇ ਪਿੰਡ ਦੇ ਵਿੱਚ ਇੱਕੋ ਹੀ ਗੁਰਦੁਆਰਾ ਸਾਹਿਬ ਹੈ, ਅਤੇ ਇੱਥੇ ਸਾਰੇ ਧਰਮਾਂ ਦੇ ਲੋਕ ਮੱਥਾ ਟੇਕਣ ਆਉਂਦੇ ਆ। ਮੇਰੇ ਪਿੰਡ ਦੇ ਸਹਿਯੋਗ ਨਾਲ, ਮੇਰੇ ਪਿੰਡ ਦੀ ਕਮੇਟੀ ਨਾਲ, ਅਤੇ ਮੇਰੇ ਗ੍ਰਾਮ ਪੰਚਾਇਤ ਨਾਲ, ਉਹਦੇ ਸੰਯੋਗ ਨਾਲ ਤੁਸੀਂ ਦੇਖ ਸਕਦੇ ਹੋ ਬਾਈ ਜੀ, ਗੁਰਦੁਆਰਾ ਸਾਹਿਬ ਜਿਹੜਾ ਕਿੱਡਾ ਖੁੱਲ੍ਹਾ ਅਤੇ ਖਲਵਾਰਾ ਬਣਾਇਆ। ਅਤੇ ਹੁਣ ਮੈਂ ਤੁਹਾਨੂੰ ਲੈ ਕੇ ਚੱਲੂੰਗਾ ਬਾਈ, ਮੇਰੇ ਪਿੰਡ ਦੀ ਥੋੜ੍ਹੀ ਕੁ ਝਲਕ ਦਿਖਾਊਂਗਾ। ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਝਲਕ ਹੈ, ਜਿਹੜੀ ਆਹ ਪਿੰਡ ਦੀ ਮੇਰੇ ਦੀ ਝਲਕ ਹੈ, ਛੋਟੀ ਜਿਹੀ ਝਲਕ ਹੈ। ਤੁਸੀਂ ਦੇਖ ਸਕਦੇ ਕਿੰਨਾ ਛੋਟਾ ਮੇਰਾ ਪਿੰਡ ਹੈ। ਅਤੇ ਹੁਣ ਤੁਹਾਨੂੰ ਅਸੀਂ ਦਿਖਾਵਾਂਗੇ ਮੇਰੇ ਪਿੰਡ ਦਾ ਮੇਨ ਅੱਡਾ, ਵੀ ਇਹ ਕਿੱਥੇ ਸਥਿਤ ਹੈ। ਆਹ ਤੁਸੀਂ ਪੜ੍ਹ ਸਕਦੇ ਹੋ, ਉੱਪਰ ਲਿਖਿਆ ਬੱਸ ਸਟੈਂਡ, ਪਿੰਡ ਦੂਲੋਵਾਲ, ਜ਼ਿਲ੍ਹਾ ਮਾਨਸਾ, ਜਿਹੜਾ ਕਿ ਬਾਈ ਜੀ ਇਹ ਸਰਸਾ ਰੋਡ ਦੇ ਉੱਤੇ ਸਥਿਤ ਹੈ। ਅਤੇ ਤੁਸੀਂ ਧਿਆਨ ਨਾਲ ਦੇਖੋ ਕਿ ਨਾਲ ਮੇਨ ਰੋਡ ਸਰਸਾ ਰੋਡ ਦੇ ਉੱਤੇ ਬਿਲਕੁਲ ਫਰੰਟ ਦੇ ਉੱਤੇ ਹੈ। ਇਹਦੀ ਹਰਿਆਲੀ ਬਹੁਤ ਵਧੀਆ। ਅਤੇ ਹੁਣ ਤੁਹਾਨੂੰ ਅਸੀਂ ਆਂਗਣਵਾੜੀ ਦਿਖਾ ਰਹੇ ਹਾਂ, ਅਤੇ ਇਹ ਪਿੰਡ ਦੀ ਆਂਗਣਵਾੜੀ ਹੈ ਜਿੱਥੇ ਕਿ ਬੱਚੇ ਆਉਂਦੇ ਹੈ। ਅਸੀਂ ਮੋਰਨਿੰਗ ਟਾਈਮ ਸ਼ੂਟ ਕਰ ਰਹੇ ਸੀ ਤਾਂ ਬੱਚੇ ਹਜੇ ਆਏ ਨਹੀਂ ਸੀ। ਇਦੋਂ ਬਾਅਦ ਅੱਗੇ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਸੇਵਾ ਕੇਂਦਰ, ਜਾ ਕੇ ਇਹਦੀ ਸੇਵਾ ਕੇਂਦਰ, ਇਹ ਸੇਵਾ ਕੇਂਦਰ ਹੈ, ਇਹ ਸਾਡੇ ਪਿੰਡ ਦੇ ਵਿੱਚ ਹੈ ਜੀ, ਇਹ 4-5 ਪਿੰਡਾਂ ਨੂੰ ਲੱਗਦਾ ਜੀ। ਹੁਣ ਤੁਹਾਨੂੰ ਦਿਖਾਵਾਂਗੇ ਅਸੀਂ ਸਿਹਤ ਕੇਂਦਰ, ਅਤੇ ਇਹ ਹੈਗਾ ਸਿਹਤ ਕੇਂਦਰ, ਮੇਰੇ ਪਿੰਡ ਦੇ ਵਿੱਚ ਸਿਹਤ ਕੇਂਦਰ ਵੀ ਹੈ। ਅਤੇ ਹੁਣ ਦਿਖਾਵਾਂਗੇ ਅਸੀਂ ਜੀ ਵਿੱਦਿਆ ਭਾਰਤੀ ਸਕੂਲ, ਇਹ ਵਿੱਦਿਆ ਭਾਰਤੀ ਸਕੂਲ ਹੈ ਜੀ, ਪ੍ਰਾਈਵੇਟ ਸਕੂਲ ਹੈ, ਮੇਨ ਰੋਡ ਦੇ ਉੱਤੇ ਸਥਿਤ ਹੈ। ਅਤੇ ਹੁਣ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਮੇਰੇ ਪਿੰਡ ਦਾ ਸਰਕਾਰੀ ਸਕੂਲ, ਅਤੇ ਇਹ ਮੇਰੇ ਪਿੰਡ ਦਾ ਸਰਕਾਰੀ ਸਕੂਲ ਹੈ ਬਾਈ। ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ, ਕਿੰਨਾ ਖੁੱਲ੍ਹਾ, ਅਤੇ ਕਿੰਨੀ ਹਰਿਆਲੀ ਵਾਲਾ ਸਕੂਲ ਹੈ ਜੀ, ਇਹ ਕਿੰਨਾ ਪਿਆਰਾ ਲੱਗ ਰਿਹਾ ਉੱਪਰੋਂ ਤੁਸੀਂ ਦੇਖ ਸਕਦੇ ਹੋ। ਇਹ ਸਰਸਾ ਰੋਡ ਦੇ ਉੱਤੇ ਨਾਲ ਹੀ ਹੈ, ਬਿਲਕੁਲ ਮੇਨ ਅੱਡੇ ਦੇ ਨਾਲ ਹੀ ਹੈ, ਅਤੇ ਆਉਣਾ ਜਾਣਾ ਇੱਥੇ ਸੌਖਾ ਗਾ। ਮੇਰਾ ਛੋਟਾ ਜਿਹਾ ਪਿੰਡ ਹੈ, ਪਿਆਰਾ ਜਿਹਾ ਪਿੰਡ ਹੈ, ਤੁਸੀਂ ਦੇਖ ਰਹੇ ਹੋ ਬਾਈ। ਜਿਹੜਾ ਮੇਰਾ ਪਿੰਡ ਹੈ ਉਹ ਹੈਗਾ ਸਾਰਾ ਗੋਤ, ਧਾਲੀਵਾਲ ਗੋਤ ਦਾ ਮੇਰਾ ਪਿੰਡ ਹੈ। ਹੁਣ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਾਬਾ ਸਿੱਧ ਪੂਜ ਦੀ ਜੀ ਜਗ੍ਹਾ। ਬਾਬਾ ਸਿੱਧ ਪੂਜ ਜੀ ਦੀ ਜਗ੍ਹਾ ਕੀ ਦੇਖ ਸਕਦੇ ਹੋ, ਬਾਬਾ ਸਿੱਧ ਪੂਜ ਜਿਹੜਾ ਹੈਗਾ ਧਾਲੀਵਾਲਾਂ ਦਾ ਇਹ ਮੁੱਖ ਸਥਾਨ ਆ। ਇੱਥੇ ਆਏ ਮਹੀਨੇ ਦੀ ਮਹੀਨੇ ਤੀਰਸ ਭਰਦੀ ਆ, ਮੇਲਾ ਭਰਦਾ, ਅਤੇ ਮੇਰੇ ਪਿੰਡ ਦੇ ਲੋਕ ਇੱਥੇ ਮੱਥਾ ਟੇਕਣ ਆਉਂਦੇ ਆ ਸ਼ਰਧਾ ਨਾਲ। ਇਹ ਹੈਗਾ ਜਿਹੜਾ ਨੰਗਲ ਰੋਡ ਹੈ, ਵੱਡਾ ਨੰਗਲ ਨੂੰ ਜਾਂਦੇ ਹਾਂ ਦੂਲੋਵਾਲ ਤੋਂ, ਉਸ ਰੋਡ ਦੇ ਉੱਤੇ ਵਾਰ ਵਾਰ ਸਥਿਤ ਹੈ ਜੀ। ਅਤੇ ਅਸੀਂ ਹੁਣ ਤੁਹਾਨੂੰ ਚਰਚ ਦਿਖਾਵਾਂਗੇ, ਸਾਡੇ ਪਿੰਡ ਦੇ ਵਿੱਚ ਇੱਕ ਛੋਟੀ ਜਿਹੀ ਚਰਚ ਵੀ ਹੈ, ਆਹ ਚਰਚ ਹੈ ਜੀ, ਤੁਸੀਂ ਦੇਖ ਸਕਦੇ ਹੋ। ਅਤੇ ਹੁਣ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਮੇਰੇ ਪਿੰਡ ਦਾ ਗਰਾਊਂਡ, ਮੇਰੇ ਪਿੰਡ ਦੇ ਗਰਾਊਂਡ ਹੈ ਜੀ, ਇੱਥੇ ਬੱਚੇ ਕਬੱਡੀ ਖੇਡਦੇ ਹੈ, ਵਾਲੀਬਾਲ ਖੇਡਦੇ ਹੈ, ਅਤੇ ਆਰਮੀ ਦੇ ਵਿੱਚ ਭਰਤੀ ਹੋਣ ਵਾਸਤੇ
ਰੇਸ਼ ਲਗਾਉਂਦੇ ਆ। ਇਹ ਬਾਵਾ ਤੁਸੀਂ ਇਹ ਦੇਖ ਸਕਦੇ ਹੋ ਬਾਈ, ਗਰਾਊਂਡ ਆ ਜਿਹੜਾ ਕਿੰਨਾ ਖੁੱਲ੍ਹਾ। ਅਤੇ ਹੁਣ ਮੇਰੇ ਪਿੰਡ ਦੀ ਤੁਹਾਨੂੰ ਦਾਣਾ ਮੰਡੀ ਦਿਖਾਉਣ ਜਾ ਰਹੇ ਹਾਂ, ਅਤੇ ਦਾਣਾ ਮੰਡੀ ਵੀ ਕਾਫੀ ਖੁਲਵਾਰੀ ਹੈ। ਉਹਦਾ ਸਾਨੂੰ ਬਹੁਤ ਬੈਨੀਫਿਟ ਹੈ ਕਿ ਸਾਨੂੰ ਕਣਕ ਵੇਚਣ ਦੇ ਵਾਸਤੇ, ਸੇਲ ਕਰਨ ਦੇ ਵਾਸਤੇ ਬਾਹਰ ਨਹੀਂ ਜਾਣਾ ਪੈਂਦਾ। ਮੇਰੇ ਪਿੰਡ ਦੇ ਵਿੱਚ ਇਹ ਦਾਣਾ ਮੰਡੀ ਹੈਗੀ ਹੈ, ਅਤੇ ਇੱਥੇ ਇੱਕ ਛੋਟੀ ਜੀ ਬੈਂਕ ਵੀ ਹੈ, ਬੈਂਕ ਹੈ ਇੱਕ। ਅਤੇ ਆਹ ਬਾਰਡਰ ਬਕਸ ਆ ਬਾਈ, ਤੁਸੀਂ ਦੇਖ ਰਹੇ ਹੋ, ਅਤੇ ਬਾਰਡਰ ਬਕਸ ਆ ਜਿਹੜਾ ਪੂਰੇ ਪਿੰਡ ਨੂੰ ਸਪਲਾਈ ਦਿੰਦਾ। ਅਤੇ ਹੁਣ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਵੀ ਸ਼ਮਸ਼ਾਨ ਘਾਟ। ਆਹ ਸ਼ਮਸ਼ਾਨ ਘਾਟ ਰਹਿ ਜਾਂਦਾ ਗਾ, ਇਹ ਵੀ ਮੇਰੇ ਪਿੰਡ ਨੇ ਅਤੇ ਮੇਰੀ ਪੰਚਾਇਤ ਨੇ ਬਹੁਤ ਵਧੀਆ ਬਣਵਾਇਆ ਗਾ, ਤੁਸੀਂ ਦੇਖ ਰਹੇ ਹੋ। ਅਤੇ ਸ਼ਮਸ਼ਾਨ ਘਾਟ ਪਿੰਡ ਦੂਲੋਵਾਲ, ਹੁਣ ਤੁਹਾਨੂੰ ਅਸੀਂ ਲੈ ਕੇ ਚੱਲਾਂਗੇ ਜਿਹੜੀ ਮੁੱਖ ਹੈ ਧਰਮਸ਼ਾਲਾ ਦੇ ਵਿੱਚ ਲੈ ਕੇ ਚੱਲਾਂਗੇ, ਜਿਹੜੀ ਪਿੰਡ ਦੇ ਵਿਚਾਲੇ ਸਥਿਤ ਹੈ ਧਰਮਸ਼ਾਲਾ, ਤੁਸੀਂ ਦੇਖ ਸਕਦੇ ਹੋ। ਇਹਦੇ ਨਾਲ ਹੀ ਸੱਥ ਹੈ, ਇੱਥੇ ਲੋਕ ਬਹਿੰਦੇ ਆ, ਬਜ਼ੁਰਗ ਆਉਂਦੇ ਆ, ਗੱਲਾਂ ਬਾਤਾਂ ਕਰਦੇ ਆ। ਤੁਸੀਂ ਦੇਖ ਰਹੇ ਹੋ ਇਹ ਪਿੰਡ ਦੇ ਬਿਲਕੁਲ ਵਿਚਾਲੇ ਆ ਸੱਥ। ਸਾਡੇ ਪਿੰਡ ਦੇ ਵਿੱਚ ਬਾਈ 3 ਸੱਥਾਂ ਰਹਿ ਜਾਂਦੀਆਂ ਨੇ, ਬਾਕੀ ਤੁਹਾਨੂੰ ਅਸੀਂ ਅੱਗੇ ਦਿਖਾਵਾਂਗੇ। ਤੁਸੀਂ ਦੇਖ ਰਹੇ ਹੋ ਇੱਥੇ ਵੀ ਹਰੇਲੀ ਹੈ, ਬੋਰਡ ਲੱਗਿਆ। ਅਤੇ ਆਹ ਹੈਗੀ ਹੈ ਦੂਸਰੀ ਸੱਥ, ਦੇਖ ਰਹੇ ਹੋ ਇਹ ਦੂਸਰੀ ਸੱਥ ਹੈ ਜਿਹੜੀ ਕਿ ਪਿੰਡ ਦੇ ਬਾਹਰ ਬਾਹਰ ਸਥਿਤ ਹੈ। ਇੱਥੇ ਵੀ ਹਰੇਲੀ ਤੁਸੀਂ ਦੇਖ ਸਕਦੇ ਹੋ ਬਾਈ, ਬਹੁਤ ਵਧੀਆ ਹਰੇਲੀ ਹੈ। ਅਤੇ ਹੁਣ ਤੁਹਾਨੂੰ ਦਿਖਾ ਰਹੇ ਹਾਂ ਬਾਈ, ਅਸੀਂ ਫੌਜੀ ਸਾਹਿਬ ਜੀ ਸ਼ਹੀਦ ਹੋਏ ਸੀ, ਉਹਨਾਂ ਦਾ ਬੁੱਤ ਲੱਗਿਆ ਹੋਇਆ ਮੇਰੇ ਪਿੰਡ ਦੇ ਵਿੱਚ, ਇਹ ਉਹਨਾਂ ਦਾ ਬੁੱਤ ਲੱਗਿਆ, ਸ਼ਹੀਦ ਹੋਏ ਸੀ, ਦੇਖ ਰਹੇ ਹੋ ਤੁਸੀਂ। ਇਹ ਉਹਨਾਂ ਦਾ ਬੁੱਤ ਲੱਗਿਆ ਹੋਇਆ ਮੇਨ ਜਿਹੜੀ ਰੋਡ ਹੈ ਘਰਾਂਗਨਾ ਰੋਡ 'ਤੇ। ਹੁਣ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਾਹਰੋਂ ਬਾਹਰੋਂ ਫਿਰਨੀ ਦਾ ਵਿਊ ਦਿਖਾ ਰਹੇ ਹਾਂ, ਬਿਲਕੁਲ ਉੱਪਰ ਦੇ ਉੱਤੋਂ ਵਿਊ ਦਿਖਾ ਰਹੇ ਹਾਂ ਫਿਰਨੀ ਦਾ। ਇਹ ਮੇਰੇ ਪਿੰਡ ਦੀ ਫਿਰਨੀ ਰਹਿ ਜਾਂਦੀ ਹੈ, ਇੱਥੋਂ ਅਸੀਂ ਪਿੰਡ ਦਾ ਪੂਰਾ ਵਿਊ ਦਿਖਾਵਾਂਗੇ ਕਿ ਮੇਰਾ ਪਿਆਰਾ ਜਿਹਾ ਛੋਟਾ ਜਿਹਾ ਪਿੰਡ ਹੈ, ਥੋੜ੍ਹੀਆਂ ਕੁ ਬੂਟਾਂ ਨੇ, ਇੱਥੇ ਵੀ ਲੋਕਾਂ ਦਾ ਇਕੱਠ, ਕਿੰਨਾ ਬਹੁਤ ਵਧੀਆ ਪਿੰਡ ਹੈ, ਕਿੰਨੀਆਂ ਸਹੂਲਤਾਂ ਨੇ ਮੇਰੇ ਪਿੰਡ ਦੇ ਵਿੱਚ, ਤੁਸੀਂ ਦੇਖ ਹੀ ਰਹੇ ਹੋ। ਅਤੇ ਟੋਬੇ ਵਗੈਰਾ ਨੇ ਗੰਦੇ ਪਾਣੀ ਦੇ ਨਿਕਾਸ ਵਾਸਤੇ, ਹੈ ਨਾ। ਅਤੇ ਆਹ ਉੱਡਦਾ ਮੇਰੀ ਮਾਖੇ ਵਾਲੀ ਸੜਕ ਹੈ ਜਿਹੜੀ, ਇਹ ਮੌਜੀਆ ਮਾਖੇ ਵਾਲੀ ਸੜਕ ਰਹਿ ਜਾਂਦੀ ਹੈ, ਉੱਧਰ ਵਾਲੀ ਫਿਰਨੀ ਰਹਿ ਜਾਂਦੀ ਹੈ। ਇਹ ਦੇਖ ਰਹੇ ਹੋ ਤੁਸੀਂ ਕਿੰਨੀ ਹਰੇਲੀ ਹੈ, ਪਿੰਡ ਦੇ ਵਿੱਚ ਵੀ ਬਹੁਤ ਦਰਖਤ ਲੱਗੇ ਹੋਏ ਆ। ਹੁਣ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮੇਰੇ ਘਰ ਕੋਲੋਂ ਲੈ ਕੇ ਸ਼ੂਟ ਦਿਖਾ ਰਹੇ ਹਾਂ, ਇੱਥੋਂ ਅਸੀਂ ਪੂਰਾ ਪਿੰਡ ਕਵਰ ਕਰਾਂਗੇ, ਮੇਰਾ ਪਿੰਡ ਦਾ ਪੂਰਾ ਮੇਨ ਵਿਊ ਦਿਖਾਵਾਂਗੇ ਵੀ ਇਹ ਧਾਲੀ ਵਾਲਾਂ ਦਾ ਪੂਰਾ ਪਿੰਡ ਹੈ। ਅਤੇ ਇੱਥੇ ਹੋਰ ਵੀ ਲੋਕ ਰਹਿੰਦੇ ਆ, ਬਹੁਤ ਲੋਕ ਰਹਿੰਦੇ ਆ, ਪਰ ਪਿਆਰ ਨਾਲ ਸਾਰੇ ਰਹਿੰਦੇ ਆ, ਪਿਆਰ ਨਾਲ ਮੇਰੇ ਪਿੰਡ ਦੀ ਪੰਚਾਇਤ ਅਤੇ ਮੇਰੇ ਪਿੰਡ ਦੇ ਮੈਂਬਰਾਂ ਨੇ, ਇਹਨਾਂ ਨੇ ਵਿਕਾਸ ਬਹੁਤ ਕੀਤਾ ਵੀ ਸਾਡੇ ਹਰੇਕ ਸਹੂਲਤ ਹੈ ਪਿੰਡ ਦੇ ਵਿੱਚ, ਤੁਸੀਂ ਦੇਖ ਰਹੇ ਹੋ। ਆਹ ਮੇਰਾ ਛੋਟਾ ਜਿਹਾ ਇੱਕ ਪਿੰਡ ਹੈ, ਤੁਹਾਨੂੰ ਦੂਜੀ ਸਾਈਡ ਤੋਂ ਵੀ ਦਿਖਾਵਾਂਗੇ, ਉੜਤਾਲੀ ਸਾਈਡ ਤੋਂ ਵੀ ਦਿਖਾਉਣ ਜਾ ਰਹੇ ਹਾਂ। ਇਹ ਘਰਾਂਗਨਾ ਵਾਲੀ ਸਾਈਡ ਰਹਿ ਗਈ ਜੀ ਇੱਧਰ ਵਾਲੀ, ਅਤੇ ਹੁਣ ਤੁਹਾਨੂੰ ਦਿਖਾਵਾਂਗੇ ਅਸੀਂ ਉੜਤਾਂ ਵਾਲੀ ਸਾਈਡ ਦਿਖਾਵਾਂਗੇ। ਅਤੇ ਇਹ ਉੜਤਾਂ ਵਾਲੀ ਸਾਈਡ ਹੈ ਜੀ, ਤੁਸੀਂ ਦੇਖ ਸਕਦੇ ਹੋ ਘਰ ਘਰ ਵਧੀਆ ਨੇ, ਅਤੇ ਕਿੰਨੀ ਹਰੇਲੀ ਆ, ਟੋਬੇ ਦੇਖ ਸਕਦੇ ਹੋ ਮੇਰੇ ਘਰ। ਮੇਰਾ ਪਿਆਰਾ ਜਿਹਾ ਪਿੰਡ ਹੈ ਬਾਈ ਜੀ, ਛੋਟਾ ਜਿਹਾ ਅਤੇ ਪਿਆਰਾ ਜਿਹਾ ਪਿੰਡ ਹੈ ਮੇਰਾ ਇਹ। ਅਤੇ ਇੱਥੇ ਲੋਕ ਬਹੁਤ ਵਧੀਆ ਰਹਿੰਦੇ ਆ, ਅਤੇ ਵਿਕਾਸ ਬਹੁਤ ਹੋਇਆ, ਤੁਸੀਂ ਦੇਖ ਸਕਦੇ ਹੋ। ਮੇਰਾ ਪਿੰਡ ਹੈ ਜਿਹੜਾ ਸਰਸਾ ਰੋਡ ਦੇ ਉੱਤੇ ਸਥਿਤ ਹੈ, ਮੇਨ ਸਰਸਾ ਰੋਡ ਦੇ ਉੱਤੇ ਸਥਿਤ ਹੈ। ਮਾਨਸਾ ਤੋਂ ਜਦੋਂ ਆਵਾਂਗੇ ਨੰਗਲ ਆਊ, ਦੂਜਾ ਪਿੰਡ ਦੂਲੋਵਾਲ ਹੈ, ਇਦੂ ਗਾਂ ਆਪਣਾ ਕੋਟ ਧਰਮੂ ਰਹਿ ਜਾਂਦਾ ਹੈ।